ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪਾਵਨ ਪਵਿੱਤਰ ਦਿਹਾੜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ, ਜੋ ਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਗੁਰਦੁਆਰਾ ਛੇੜਾ ਸਾਹਿਬ ਦੇ ਸਹਿਯੋਗ ਸਦਕਾ ਸੰਦੋ ਸਦਕਾ ਮਨਾਇਆ ਜਾਂਦਾ। ਇਸ ਵਾਰ ਵੀ ਧੰਨ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਦਾ ਇਹ ਪਾਵਨ ਪ੍ਰਕਾਸ਼ ਗੁਰਪ 7, 8, 9 ਹਾੜ 20, 21, 22 ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਇਸ ਪਾਵਨ ਪਵਿੱਤਰ ਸਥਾਨ ਉੱਤੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ 1595 ਈਸਵੀ ਨੂੰ ਅਵਤਾਰ ਧਾਰਿਆ ਔਰ ਸਭ ਸੱਚੇ ਪਾਤਸ਼ਾਹ ਦੀ ਘਰ ਵੀ ਖੁਸ਼ੀਆਂ ਆਈਆਂ। ਸੱਚੇ ਸਤਿਗੁਰ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਧਰੇ ਮਾਇਆ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ, ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਿਆ। ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਆਪ ਦੇ ਚੰਨ ਰਾਈ ਸਮੂਹ ਸਖਤ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਉਣ ਵਾਲੀ ਸੰਗਤਾਂ ਦੇ ਵਾਸਤੇ ਹਰੇਕ ਪ੍ਰਕਾਰ ਦੀ ਸਹੂਲਤਾਂ ਦਾ ਧਿਆਨ ਰੱਖਦਾ ਹੈ। ਪਾਰਕਿੰਗ ਦਾ, ਲੰਗਰਾਂ ਦਾ, ਰਿਹਾਇਸ਼ ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ। ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਜਿਹੜੀ ਉਹ ਪੇਸ਼ ਨਹੀਂ ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰੂ ਭਾਰੀ, ਅਰਜੁਨ ਕਾਇਮ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਗੁਰੂ ਖਾਲਸਾ ਸਤਸੰਗਤ ਜੀਓ, ਅੱਜ ਮੇਰੀ ਪੀਰ ਦੇ ਮਾਲਕ ਛੇਵੇਂ ਸਤਿਗੁਰੂ ਮਹਾਬਲੀ ਪਰ ਉਪਕਾਰੀ ਯੋਧੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਸਤਿਗੁਰਾਂ ਦਾ ਪ੍ਰਕਾਸ਼ ਨਗਰ ਗੁਰੂ ਕੀ ਵਡਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ 5ਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੂਜਨੀਕ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ ਔਰ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ। ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਔਰ ਸਮੂਹ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ। ਸਤਿਗੁਰਾਂ ਦੇ ਹੁਕਮਾਂ 'ਤੇ ਚੱਲਦਿਆਂ ਹੋਇਆਂ, ਸਤਿਗੁਰਾਂ ਦੇ ਆਦੇਸ਼ਾਂ 'ਤੇ ਚੱਲਦਿਆਂ ਹੋਇਆਂ ਸ਼ਸਤਰਧਾਰੀ ਹੋਈਏ, ਅੰਮ੍ਰਿਤ ਛਕੀਏ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਮੁੱਚੀਆਂ ਸੰਗਤਾਂ ਨੂੰ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਦੇਵ ਸਿੰਘ ਗਿੱਲ, ਸਪੁੱਤਰ ਸਰਦਾਰ ਮਹਿੰਦਰ ਸਿੰਘ ਗਿੱਲ, ਸਰਪੰਚ ਗੁਰੂ ਕੀ ਵਡਾਲੀ ਅਤੇ ਸਮੂਹ ਪਰਿਵਾਰ, ਅਸੀਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਦੀ ਛੂਹ ਪ੍ਰਾਪਤ ਕਰਨ ਲਈ ਅਤੇ ਮੱਥਾ ਟੇਕਣ ਵਾਸਤੇ ਸਮੂਹ ਪਰਿਵਾਰ ਹਾਜ਼ਰ ਹੋਏ ਹਾਂ ਅਤੇ ਲੱਖ ਲੱਖ ਵਧਾਈਆਂ ਸਮੂਹ ਪਰਿਵਾਰ ਨੂੰ, ਸਮੂਹ ਪੰਥ ਨੂੰ ਦੇ ਰਹੇ ਹਾਂ। ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਚਰਨਾਂ ਬੇਨਤੀ ਕੀਤੀ, ਮਹਾਰਾਜ ਕੁੱਲ ਆਲਮ ਦਾ ਭਲਾ ਕਰੀ, ਸੱਚੇ ਪਾਤਸ਼ਾਹ ਪਰਿਵਾਰਾਂ ਦਾ ਭਲਾ ਕਰੀ, ਇਹ ਰੁਕਤਾ ਬਖਸ਼ੀ, ਚੜ੍ਹਦੀ ਅਗਲਾ ਬਖਸ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਮੈਂ ਸਮੁੱਚੇ ਸਿੱਖ ਜਗਤ ਨੂੰ, ਗੁਰੂ ਨਾਨਕ ਨਾਮ ਲੈਂਦਾ ਸਿੱਖ ਸੰਗਤਾਂ ਨੂੰ, ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰੱਥ ਸਤਿਗੁਰੂ ਸਨ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰ ਦਾ ਨਾਸ਼ ਕਰਨ ਦੇ ਲਈ, ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਯੁੱਧ ਲੜੇ, ਚਾਰਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ,
ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਜੰਗੀ ਕਰਤੱਵ ਕਰਨੇ ਕਰਵਾਉਣੇ, ਘੋੜਸਵਾਰੀ ਕਰਨੀ ਕਰਵਾਉਣੀ, ਜੰਗੀ ਅਭਿਆਸ ਕਰਨੇ ਕਰਵਾਉਣੇ ਪ੍ਰਾਰੰਭ ਕੀਤੇ ਔਰ ਸਿੱਖਾਂ ਨੂੰ ਇੱਕ ਕਵਾਇਤ ਜਿਹੜੀ ਹੈ ਇੱਕ ਵਿੱਚ ਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ੀ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ 4 ਜਿੱਤਾਂ ਪ੍ਰਾਪਤ ਕੀਤੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ, ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖ ਹਿਰਦਿਆਂ ਨੂੰ ਦਿਸ਼ਾ ਨਿਰਦੇਸ਼ ਦਿੰਦਾ, ਰੋਸ਼ਨੀ ਵਿਖਾਉਂਦਾ ਰਿਹਾ ਔਰ ਰਹਿੰਦੀ ਦੁਨੀਆਂ ਤੱਕ ਰਹੇਗਾ। ਮੈਂ ਇੱਕ ਵਾਰੀ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਅੰਮ੍ਰਿਤਸਰ ਹਾਂਜੀ 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 ਬਹੁਤ ਵਧੀਆ ਜੀ, ਬਹੁਤ ਮਾਣ ਲੱਗਿਆ, ਬਹੁਤ ਵਧੀਆ ਲੱਗਿਆ ਦੇਖ ਕੇ। ਬਹੁਤ ਜ਼ਿਆਦਾ ਭੀੜ ਸੀ ਪਰ ਫਿਰ ਵੀ ਕੁਛ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਅਤੇ ਬਹੁਤ ਵਧੀਆ ਲੱਗਿਆ। ਇਕੱਠ ਬਹੁਤ ਜ਼ਿਆਦਾ ਸੀ ਅਤੇ ਸ਼ਰਧਾ ਭਾਵਨਾ ਬਹੁਤ ਆ ਸਾਰਿਆਂ ਦੀ। ਗਰਮੀ ਵੀ ਬਹੁਤ ਆ। ਹਾਂਜੀ 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 ਸੰਦੇਸ਼ ਇਹੀ ਦੇਣਾ ਚਾਹੁੰਦੇ ਹਾਂ ਕਿ ਆ ਕੇ ਇੱਥੇ ਮੱਥਾ ਟੇਕੋ, ਗੁਰੂ ਜੀ ਰਾਮਦਾਸ ਜੀ ਜੋ ਕੁਛ ਤੁਸੀਂ ਮੰਗੋਗੇ ਉਹੀ ਤੁਹਾਨੂੰ ਮਿਲੇਗਾ। ਆਪਦੀ ਮਨ ਦੀ ਭਾਵਨਾ, ਤੁਹਾਡੀ ਕਾਮਨਾ, ਕੁਛ ਵੀ ਮੰਗੋਗੇ ਤੁਸੀਂ, ਤੁਹਾਡੀਆਂ ਝੋਲੀਆਂ ਭਰੋਗੇ ਗੁਰੂ ਰਾਮਦਾਸ ਜੀ। ਹਾਂਜੀ ਹਾਂਜੀ, ਫੈਮਿਲੀ ਆਏ ਨਹੀਂ ਜੀ, ਤੀਜੀ ਵਾਰ ਆਈ ਹਾਂ। ਹਾਂਜੀ ਬਹੁਤ ਜ਼ਿਆਦਾ ਇੱਦਾਂ ਲੱਗਦਾ ਕਿ ਰੱਬ ਮਿਲ ਗਿਆ। ਅਸੀਂ, ਮੇਰਾ ਨਾਮ ਗੁਰਮੀਤ ਸਿੰਘ, ਪਿਤਾ ਨਾਮ ਦਰਸ਼ਨ ਸਿੰਘ। ਸ੍ਰੀ ਵਿਜੇ ਨਗਰ ਮੰਡੀ ਲੱਗਦੀ ਸਾਨੂੰ ਰਾਜਸਥਾਨ ਤੋਂ, ਉੱਥੇ ਅਸੀਂ ਰਹਿੰਦੇ ਹਾਂ। ਉੱਥੋਂ ਅਸੀਂ ਦਰਬਾਰ ਸਾਹਿਬ 6ਵੇਂ ਗੁਰੂ ਜੀ ਦਾ ਜਨਮ ਦਿਹਾੜਾ ਹੈਗਾ, ਉੱਥੇ ਮੱਥਾ ਟੇਕਣ ਨਮਸਕਾਰ ਹੋਣਾ ਸੀ ਅੱਜ, ਮੱਥਾ ਟੇਕਣਾ ਹੈ। ਬਹੁਤ ਜ਼ਿਆਦਾ ਅੱਜ ਇਕੱਠ ਜੀ, 4 ਘੰਟੇ ਲੱਗੇ ਲਾਈਨ ਦੇ ਵਿੱਚ ਮੱਥਾ ਟੇਕਿਆ ਬੱਚਿਆਂ ਨੂੰ। ਆਸ ਤਾਂ ਪੂਰੀ ਹੈ ਸਾਰੇ, ਸ਼ਰਧਾ ਬਹੁਤ ਆ ਲੋਕਾਂ ਦੇ ਵਿੱਚ। ਇਸ ਤਰ੍ਹਾਂ ਕਹਿੰਦੇ ਆਪਣੇ ਗੁਰੂ ਦੇ ਚਰਨਾਂ 'ਚ ਲਾਜ਼ਮੀ ਹੋਣਾ ਚਾਹੀਦਾ, ਇੱਕ ਵਾਰੀ ਸਾਲ 6 ਮਹੀਨੇ ਤੋਂ ਤਾਂ ਲਾਜ਼ਮੀ ਇੱਕ ਵਾਰੀ ਨਮਸਕਾਰ ਕਰਨਾ ਚਾਹੀਦਾ ਆਪਣੇ ਗੁਰੂ ਨੂੰ। ਪਰਿਵਾਰ ਦੇ ਨਾਲ ਆਏ? ਹਾਂ, ਸਾਰਾ ਪਰਿਵਾਰ ਆਇਆ ਜੀ, ਬੱਚੇ ਨਾਲ ਆਇਆ, ਵਾਈਫ ਆਈ ਹੈ, ਬੇਟਾ ਬੇਟੀ, ਸਾਰਾ ਪਰਿਵਾਰ ਆਇਆ। ਜਗਦੀਪ ਸਿੰਘ ਮੇਰਾ ਨਾਂ ਜੀ, ਮੋਗਾ ਜ਼ਿਲ੍ਹਾ ਦੇ ਵਿੱਚ ਪਿੰਡ ਬਨਾਵਾ ਤੋਂ ਆਇਆ। ਅੱਜ ਕਿਹੜੀ ਜਗ੍ਹਾ ਤੇ ਪਹੁੰਚੇ? ਅੱਜ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸੀ। ਪਹਿਲੀ ਵਾਰ ਆਏ ਜਾਂ ਪਹਿਲਾਂ? ਨਹੀਂ, ਆਉਂਦੇ ਰਹਿੰਦੇ ਜੀ ਦਰਸ਼ਨਾਂ ਲਈ। ਕਿੰਨੀ ਖੁਸ਼ੀ ਮਹਿਸੂਸ ਹੁੰਦੀ ਜਦੋਂ ਅੱਜ? ਬਹੁਤ ਜ਼ਿਆਦਾ ਜੀ। ਅੱਜ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ, 6ਵੇਂ ਪਾਤਸ਼ਾਹ ਦਾ। ਹਾਂਜੀ, ਕਿਵੇਂ ਦੇਖੀ? ਬਹੁਤ ਵਧੀਆ ਜੀ, ਬੜੀ ਮਨ ਨੂੰ ਸ਼ਾਂਤੀ ਮਿਲੀ ਇੱਥੇ ਆ ਕੇ। ਜਿਹੜੇ ਦੂਰ ਦੁਰਾਡੇ ਬੈਠੀਆਂ ਸੰਗਤਾਂ ਨੇ ਉਹਨਾਂ ਨੂੰ ਕੀ ਸੰਦੇਸ਼ ਦਿੱਤਾ? ਸੰਗਤਾਂ ਨੂੰ ਇਹੀ ਸੰਦੇਸ਼ ਹੈ ਕਿ ਇੱਥੇ ਆ ਕੇ ਇਸ਼ਨਾਨ ਕਰੋ, ਗੁਰੂ ਦੀ ਬਾਣੀ ਸੁਣੋ, ਮਨ ਨੂੰ ਸ਼ਾਂਤੀ ਮਿਲਦੀ, ਦੁੱਖ ਕੱਟੇ ਜਾਂਦੇ। ਅੰਦਰ ਇਕੱਠ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ? ਇਕੱਠ ਬਹੁਤ ਜ਼ਿਆਦਾ ਸੀ। ਕਿਸ ਤਰ੍ਹਾਂ ਦੀ ਸ਼ਰਧਾ ਭਾਵਨਾ? 3.5 ਤੋਂ 4 ਘੰਟੇ ਮੱਥਾ ਟੇਕਣ ਨੂੰ ਲੱਗਿਆ। ਕੀ ਨਾਮ ਹੈ ਜੀ? ਮੇਰਾ ਨਾਂ ਗੁਰਪ੍ਰੀਤ ਆ। ਕਿਹੜੀ ਜਗ੍ਹਾ ਤੋਂ ਆਏ? ਅਮਰੀਕਾ ਤੋਂ ਆਏ ਆ, ਡਾਇਰੈਕਟ ਇੱਥੇ ਆਏ ਆ ਮੱਥਾ ਟੇਕਣ ਦਰਬਾਰ ਸਾਹਿਬ। ਛੇਵੇਂ ਪਾਤਸ਼ਾਹੀ ਹਰਗੋਬਿੰਦ। ਹਾਂਜੀ, ਪ੍ਰਕਾਸ਼ ਦਿਹਾੜਾ, ਕਿੰਨੀ ਖੁਸ਼ੀ ਮਹਿਸੂਸ ਹੋ ਰਹੀ? ਬਹੁਤ ਜ਼ਿਆਦਾ। ਅੱਜ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ? ਨਹੀਂ, ਲਾਈਕ ਪਹਿਲਾਂ ਵੀ ਆਉਂਦੇ ਹਾਂ ਪਰ ਹੁਣ ਫਸਟ ਟਾਈਮ ਇੱਥੇ ਹੁਣੇ ਉਤਰੇ ਸੀਗੇ, ਫਿਰ ਇੱਥੇ ਸਿੱਧਾ ਡਾਇਰੈਕਟ ਇੱਥੇ ਆਏ ਹਾਂ। ਜਿਹੜੇ ਦੂਰ ਦੁਰਾਡੇ ਸੰਗਤਾਂ ਬੈਠੇ ਉਹਨਾਂ ਨੂੰ ਕੀ ਸੰਦੇਸ਼ ਦੇਣਾ? ਵੀ ਇੱਥੇ ਆਉਣਾ ਚਾਹੀਦਾ, ਬਹੁਤ ਵਧੀਆ, ਬਹੁਤ ਸ਼ਾਂਤੀ ਮਿਲਦੀ ਹੈ, ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਇਕੱਠ ਕਿਸ ਤਰ੍ਹਾਂ ਦਾ ਵੇਖਿਆ? ਬਹੁਤ ਜ਼ਿਆਦਾ ਇਕੱਠ ਸੀਗਾ, ਸਾਨੂੰ ਲਾਈਕ 2-3 ਆਵਰਸ ਲੱਗ ਗਏ ਮੱਥਾ ਟੇਕਣ ਨੂੰ।
ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਜਦੋਂ? ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ, ਲੇਕਿਨ ਇੱਦਾਂ ਹੁੰਦਾ ਵੀ ਅਸੀਂ ਇੱਥੇ ਜਾਣਾਗਾ, ਲੇਕਿਨ ਅੰਮ੍ਰਿਤਸਰ ਜ਼ਰੂਰ ਜਾ ਕੇ ਆਉਣਾਗਾ ਵੀ ਜਦੋਂ ਇੱਥੇ ਅਸੀਂ ਆਉਂਦੇ ਹਾਂ, ਇੱਥੇ ਆਉਣਾ ਜ਼ਰੂਰ ਹੁੰਦਾ ਸੀ। ਯਾ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਯਾ ਮਾਤਾ ਕੇ ਮਨ ਬਹੁਤ ਜਗਾ ਬਹੁਤ।